ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ। ਅੱਜ ਕੱਲ੍ਹ ਜਿਹੜੀ ਬਿਮਾਰੀ ਚੱਲ ਰਹੀ ਹੈ, ਇਸ ਬਿਮਾਰੀ ਦੇ ਚੱਲਦੇ ਹੀ ਹੁਣ ਸਾਡਾ ਵਾਢੀ ਦਾ ਵੀ ਸੀਜ਼ਨ ਆ ਗਿਆ ਹੈ ਅਤੇ ਮੰਡੀ ਵਿੱਚ ਵੀ ਆਉਣਾ ਜਾਣਾ ਸਾਡੇ ਵੀਰਾਂ ਨੂੰ, ਸਾਡੇ ਲੇਬਰ ਨੂੰ, ਮਜ਼ਦੂਰਾਂ ਨੂੰ ਬਹੁਤ ਆਉਣਾ ਜਾਣਾ ਰਹੂਗਾ। ਲੇਕਿਨ ਕੰਮ ਕਰਦੇ ਹੋਏ ਵੀ ਆਪਣੇ ਸਿਹਤ ਦਾ ਧਿਆਨ ਰੱਖਣਾ ਇਸ ਸਮੇਂ 'ਚ ਅਤਿ ਜ਼ਰੂਰੀ ਹੋਊਗਾ। ਅਤੇ ਮੈਂ ਇੱਕ ਵਾਰ ਫਿਰ ਹੱਥ ਬੰਨ ਕੇ ਬੇਨਤੀ ਕਰਦੀ ਹਾਂ, ਕਿਉਂਕਿ ਫਸਲ ਕੱਟਣ ਵਾਸਤੇ ਕਿਸਾਨਾਂ ਨੂੰ ਬਾਹਰ ਨਿਕਲਣਾ ਪਊਗਾ, ਮੰਡੀ ਕਰਨ ਵਾਸਤੇ ਲੇਬਰ ਨੂੰ ਵੀ ਨਿਕਲਣਾ ਪਊਗਾ, ਬਹੁਤ ਸਾਰੇ ਹੋਰ ਮੁਲਾਜ਼ਮਾਂ ਨੂੰ, ਹਰੇਕ ਨੂੰ ਨਿਕਲਣਾ ਹੋਊਗਾ। ਅਤੇ ਜ਼ਰੂਰ ਬੇਨਤੀ ਕਰਦੀ ਹਾਂ ਕਿ ਸਾਰੀ ਚੀਜ਼ਾਂ ਜਿਹੜਾ ਆਪਾਂ ਪਿਛਲੇ 3 ਹਫ਼ਤੇ 'ਚ ਕਰਦੇ ਰਹੇ, ਹੱਥਾਂ ਨੂੰ ਸਾਫ਼ ਰੱਖਣਾ, ਮਾਸਕ ਪਾਉਣਾ, ਇਹ ਸਾਰੀ ਚੀਜ਼ਾਂ ਹੁਣ ਹੋਰ ਵੀ ਜ਼ਰੂਰੀ ਹੋ ਗਈਆਂ ਨੇ। ਜਿਹਦੇ ਕਰਕੇ ਮੈਂ ਇੱਕ ਸੌਖਾ ਤਰੀਕਾ ਜਿਹੜਾ ਮੈਂ ਘਰ ਬੈਠੇ ਅਸੀਂ ਬੈਠੇ ਇੱਕ ਤਰੀਕਾ ਸੋਚਿਆ ਮਾਸਕ ਬਣਾਉਣ ਦਾ, ਕਿਉਂਕਿ ਰੋਜ਼ ਰੋਜ਼ ਮਾਸਕ ਨਵਾਂ ਖਰੀਦਣਾ ਇਹ ਅੱਜ ਕੱਲ੍ਹ ਮਾਰਕੀਟ 'ਚ ਮਿਲ ਵੀ ਨਹੀਂ ਰਹੇ ਨੇ, ਲੇਕਿਨ ਹਰੇਕ ਨੂੰ ਮਾਸਕ ਪਾਉਣਾ ਬਹੁਤ ਜ਼ਰੂਰੀ। ਤਾਂ ਘਰ ਪਈ ਚੀਜ਼ਾਂ ਦੇ ਨਾਲ ਆਪਾਂ ਮਾਸਕ ਕਿਵੇਂ ਬਣਾ ਸਕਦੇ ਹਾਂ, ਇੱਕ ਮੈਂ ਇੱਕ ਦੋ ਤਰੀਕੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਕੋਈ ਵੀ ਬੱਚਿਆਂ ਦੀ ਪੁਰਾਣੀ ਟੀ ਸ਼ਰਟ ਉਹ ਹੋਵੇ, ਜਿਹੜੀ ਪੂਰੀ ਬਾਜ਼ੂ ਦੀ ਟੀ ਸ਼ਰਟ ਹੋਏ, ਹੁਣ ਮੌਸਮ ਬਦਲ ਗਿਆ, ਸੋ ਤੁਸੀਂ ਬੱਚਿਆਂ ਦੀ ਪੁਰਾਣੀ, ਮੇਰੇ ਬੇਟੇ ਦੀ ਪੁਰਾਣੀ ਟੀ ਸ਼ਰਟ ਹੈਗੀ, ਤੁਸੀਂ ਬਾਜ਼ੂਆਂ ਨੂੰ ਲੈ ਕੇ ਕੈਂਚੀ ਦੇ ਨਾਲ ਬਾਜ਼ੂ ਨੂੰ ਕੱਟ ਲਓ, ਇਹ ਬਾਜ਼ੂ ਨੂੰ ਤੁਸੀਂ ਕੱਟ ਲਿਆ, ਇਹਨੂੰ ਸਿੱਧਾ ਕਰ ਲਓ, ਮੇਰੇ ਵੱਲੋਂ ਥੋੜ੍ਹੀ ਜਿਹੀ ਟੇਢੀ ਮੇਢੀ ਜਿਹੀ ਕੱਟੀ ਗਈ ਹੈ। ਇਹ ਤੁਸੀਂ ਇੱਕ ਕਿਸੇ ਟੀ ਸ਼ਰਟ ਦੀ ਬਾਜ਼ੂ ਕੱਟ ਦਿੱਤੀ, ਉਹਦੇ ਬਾਅਦ ਦੋ ਕੱਟ ਬਣਾ ਦਿਓ ਸਾਈਡਾਂ 'ਚ, ਤਕਰੀਬਨ ਅੱਧੇ ਤਾਈਂ। ਇਹ ਦੋ ਕੱਟ ਤੁਸੀਂ ਬਣਾ ਲਿੱਤੇ, ਹੁਣ ਇਹਨੂੰ ਖੋਲ੍ਹ ਕੇ ਵਿੱਚ, ਜੇ ਤੁਹਾਡੇ ਘਰ 'ਚ ਕੋਈ ਟਿਸ਼ੂ ਹੈਗਾ ਟਿਸ਼ੂ ਲੈ ਲਓ, ਜਾਂ ਫਿਰ ਕੋਈ ਰੁਮਾਲ ਹੈਗਾ ਰੁਮਾਲ ਲੈ ਲਓ, ਰੁਮਾਲ ਨੂੰ ਅੱਧਾ ਕਰ ਲਿਓ ਜਿਹੜਾ ਵੀ ਇਹਦਾ ਸਾਈਜ਼ ਹੈਗਾ, ਅਤੇ ਇਹਨੂੰ ਫਿਰ ਵਿੱਚੋਂ ਖੋਲ੍ਹ ਕੇ ਇਹਦੇ ਵਿੱਚ ਪਾ ਲਿਓ। ਚੰਗੀ ਤਰ੍ਹਾਂ ਉਹਨੂੰ ਲਗਾ ਕੇ ਤੁਹਾਡਾ ਹੁਣ ਮਾਸਕ ਤਿਆਰ ਹੋ ਗਿਆ। ਇੱਕ ਬਹੁਤ ਹੀ ਸੌਖੇ ਤਰੀਕੇ ਦੇ ਨਾਲ, ਘਰ ਦੇ ਪਈ ਹੋਈ ਚੀਜ਼ਾਂ ਦੇ ਨਾਲ ਤੁਹਾਡਾ ਇਹ ਇੱਕ ਮਾਸਕ ਤਿਆਰ ਹੋ ਗਿਆ। ਇਹਨੂੰ ਤੁਸੀਂ ਪਾ ਕੇ ਕਿਤੇ ਵੀ ਗੱਡੀ 'ਚ, ਮੋਟਰਸਾਈਕਲ 'ਚ, ਟਰੈਕਟਰ ਟਰਾਲੀ 'ਚ, ਉਹ ਤੁਹਾਡੇ ਥੱਲੇ ਸਰਕਦਾ ਨਹੀਂ ਰਹੂਗਾ, ਆਪਣਾ ਚੰਗੀ ਤਰ੍ਹਾਂ ਕੰਮ ਕਾਜ ਕਰੋ, ਵਧੀਆ ਤੁਹਾਨੂੰ ਇੱਕ ਪ੍ਰੋਟੈਕਸ਼ਨ ਮਿਲ ਗਈ। ਇੱਕ ਤਾਂ ਆਹ ਤਰੀਕਾ ਹੈਗਾ, ਘਰ ਆ ਕੇ ਇਹਨੂੰ ਲਾ ਕੇ ਧੋ ਕੇ ਅਗਲੇ ਦਿਨ ਦੁਬਾਰਾ ਫਿਰ ਤੁਸੀਂ ਪਾ ਸਕਦੇ ਹੋ। ਇੱਕ ਹੋਰ ਤਰੀਕਾ ਹੈਗਾ, ਬਿਲਕੁਲ ਹੀ ਸੌਖਾ, ਇੱਕ ਰੁਮਾਲ ਲਿਓ, ਰੁਮਾਲ ਨੂੰ ਤੁਸੀਂ ਅੱਧੇ 'ਚ ਮੋੜ ਦਿਓ, ਥੋੜ੍ਹਾ ਜਿਹਾ ਹੋਰ ਮੋੜ ਦਿਓ, ਪਾਸਿਓ ਮੋੜ ਦਿਓ, ਸਾਈਡ ਤੋਂ ਇਸ ਤਰ੍ਹਾਂ, ਮੈਂ ਸਾਈਡਾਂ ਤੋਂ ਰੁਮਾਲ ਨੂੰ ਇਸ ਤਰ੍ਹਾਂ ਮੋੜਤਾ ਹੈ। ਘਰ 'ਚ ਲੇਡੀਜ਼ ਦੇ ਅਕਸਰ
ਰਬੜ ਪਏ ਹੁੰਦੇ ਨੇ, ਇਹਨਾਂ ਰਬੜਸ ਨੂੰ ਲੈ ਕੇ ਤੁਸੀਂ ਸਾਈਡ 'ਚ ਪਾ ਕੇ ਜਿੱਥੋਂ ਤੁਸੀਂ ਮੋੜਿਆ ਹੈ ਉੱਥੇ ਲਗਾ ਦਿਓ, ਦੂਜੇ ਪਾਸਿਓਂ ਜਿੱਥੇ ਮੋੜਿਆ ਹੈ ਉੱਥੇ ਮੋੜ 'ਚ ਲਗਾ ਦਿਓ। ਆ ਮੋੜ 'ਚ ਰਬੜ ਲੱਗ ਗਿਆ, ਇਹ ਤੁਹਾਡਾ ਇੱਕ ਹੋਰ ਮਾਸਕ ਤਿਆਰ ਹੋ ਗਿਆ। ਇਹਨੂੰ ਲਾ ਕੇ ਤੁਸੀਂ ਆਪਣੇ ਤਰੀਕੇ ਦੇ ਨਾਲ ਵੱਡ ਘੱਟ ਕਰਕੇ ਐਡਜਸਟ ਕਰਨਾ ਹੈਗਾ, ਥੋੜ੍ਹਾ ਜਿਹਾ ਖਿੱਚ ਲਿਓ ਅੱਗੇ ਉੱਪਰ ਥੱਲੇ ਕਰਕੇ ਜਿਵੇਂ ਤੁਹਾਨੂੰ ਚਾਹੀਦਾ ਹੈ। ਇਹ ਘਰੇ ਪਾਉਣ ਵਾਸਤੇ ਵੀ, ਜੇ ਘਰੇ ਕੋਈ ਆ ਗਿਆ ਇਹਨੂੰ ਮਾਸਕ ਨੂੰ ਪਾ ਕੇ, ਜਾਂ ਫਿਰ ਇਹਦੇ ਨਾਲ ਤੁਸੀਂ ਬਾਹਰ ਆਪਣੇ ਕੰਮ ਕਾਜਾਂ 'ਚ ਵੀ ਜਾ ਸਕਦੇ ਹੋ ਸਿੱਧੇ ਰੁਮਾਲ ਦੇ ਨਾਲ। ਉਮੀਦ ਕਰਦੀ ਹਾਂ ਇਹਦੇ ਨਾਲ ਤੁਹਾਨੂੰ ਘਰੇ ਪਏ ਚੀਜ਼ਾਂ ਦੇ ਨਾਲ ਤੁਹਾਨੂੰ ਮਾਸਕ ਬਣਾਉਣ ਦੇ ਸੌਖੇ ਤਰੀਕੇ ਤੁਹਾਡੇ ਕਿਸੇ ਕੰਮ 'ਚ ਆਉਣਗੇ। ਆਪਣੀ ਸਿਹਤ ਦਾ ਧਿਆਨ ਰੱਖੋ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran satta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।